ਭਾਰਤ ਸਰਕਾਰ ਵੱਲੋਂ 1 ਜੁਲਾਈ ਤੋਂ ਜੀਐਸਟੀ ਬਿੱਲ ਲਾਗੂ ਕਰਨ ਤੋਂ ਬਾਅਦ ਕੱਪੜਾ ਵਪਾਰੀਆਂ ਵੱਲੋਂ ਕੇਂਦਰ ਸਰਕਾਰ ਦੀ ਖਿਲਾਫਤ ਕੀਤੀ ਜਾ ਰਹੀ ਹੈ। ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਕੱਪੜਾ ਵਪਾਰੀਆਂ ਨੇ ਜੀਐਸਟੀ ਨੂੰ ਲੈ ਕੇ ਸਰਕਾਰ ਦੀ ਜ਼ਬਰਦਸਤ ਵਿਰੋਧਤਾ ਕੀਤੀ ਅਤੇ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਸਹਿਮਤ ਨਹੀਂ। ਅੱਜ ਦੀ ਡੇਟ ਦੇ ਅੰਦਰ 1 ਤਰੀਕ ਤੋਂ ਜੀਐਸਟੀ ਲੱਗ ਗਿਆ। ਅਸੀਂ ਲੋਕਾਂ ਨੇ ਇੱਕ ਵੀ ਦਿਨ ਜੀਐਸਟੀ ਨੰਬਰ ਨਹੀਂ ਲਿੱਤਾ, ਨਾ ਅਸੀਂ ਨੰਬਰ ਲੈਣਾ। ਅਸੀਂ ਸਰਕਾਰ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ ਤੇ ਅਸੀਂ ਜੀਐਸਟੀ ਕਿਸੇ ਹਿਸਾਬ ਨਾਲ ਨਹੀਂ ਭਰਾਂਗੇ। ਔਰ ਸਾਡੀ ਕੱਪੜੇ ਦੀ ਦੁਕਾਨਾਂ ਅਨਿਸ਼ਚਿਤਕਾਲੀਨ ਤੌਰ ਵਾਸਤੇ ਬੰਦ ਰਹਿਣਗੀਆਂ। ਅੱਜ ਸੂਰਤ ਬੰਦ ਹੈ, ਆਗਰਾ ਬੰਦ ਹੈ, ਹੋਰ ਜਗ੍ਹਾ ਬੰਦ ਹੈ, ਆਲ ਓਵਰ ਇੰਡੀਆ ਬੰਦ ਹੈ।